ਹਾਂਜੀ, ਵੈਲਕਮ ਟੂ ਆਵਰ ਯੂਟਿਊਬ ਚੈਨਲ ਨਾਵ ਦਿਲ ਵਲੋਗ। ਅਤੇ ਅੱਜ ਹੈਗੀ ਹੈ 13 ਤਰੀਕ। ਅੱਜ ਆਪਾਂ ਉੱਪਰ ਲੋਹੜੀ ਮਨਾ ਰਹੇ ਹਾਂ, ਮਤਲਬ ਲੋਹੜੀ ਮਨਾ ਨਹੀਂ, ਕਾਈਟ ਫਲਾਇੰਗ ਗੁੱਡੇ ਉਡਾ ਰਹੇ ਹਾਂ ਆਪਾਂ। ਅਤੇ ਇਹ ਆਪਣਾ ਸ਼ਹਿਰ ਮੱਲਾਂਵਾਲਾ ਪੂਰਾ ਵੇਖੋ, ਮਤਲਬ ਇੱਥੇ ਕਿੱਡਾ ਵੱਡਾ ਸ਼ਹਿਰ। ਅਤੇ ਵੀ ਗੁੱਡੇ ਕਾਫੀ ਉੱਡਦੇ ਆ, ਅਤੇ ਲੋਹੜੀ ਮੰਗੀ 'ਤੇ ਵੀ ਗੁੱਡੇ ਕਾਫੀ ਉੱਡਦੇ। ਉਹ ਆਪਣੀ ਹਵੇਲੀ ਆ ਸਾਹਮਣੇ, ਅਤੇ ਇੱਧਰ ਹੁਣ ਮੈਂ ਤੁਹਾਨੂੰ ਆਪਣਾ ਘਰ ਵਿਖਾਉਣਾ। ਰੁਕੋ, ਆਹ ਥੱਲੇ ਆਪਣਾ ਉਹ ਵੇਖੋ ਘਰ। ਠੰਡ ਹੀ ਬੜੀ ਹੋਈ ਬਈ ਸੱਚੀ, ਪਰ ਗੁੱਡੇ ਬੜੇ ਉੱਡਣ ਡਿਆ ਕਿ ਹਨਾ। ਟਾਈਮ ਕਿੰਨਾ ਹੋ ਗਿਆ, ਟਾਈਮ ਕਿੰਨਾ ਹੋ ਗਿਆ, 5 ਵੱਜ ਗਏ। ਸਵਰੀਨ ਇਸਰ ਆ ਦਲਿੱਦਰ ਜਾ, ਦਲਿੱਦਰ ਦੀ ਜੜ ਚਿੱਲੇ ਪਾ, ਇਸਰ ਆ ਦਲਿੱਦਰ ਜਾ ਦਲਿੱਦਰ। ਵਾਹਵਾ ਵੱਡੀਆਂ ਗਈ, ਗੁੱਡੇ ਬੜੇ ਡਾਏ ਆ। ਜਾ ਹਾਂਜੀ, ਅਤੇ ਇੱਥੇ ਹੋ ਗਿਆ ਸੀ ਆਪਣਾ ਲੋਹੜੀ ਦਾ ਸਾਰਾ ਕਾਰ ਵਿਆਹ, ਜਿਹਦੇ ਵਿੱਚ ਆਪਾਂ ਤਿਲ ਅਤੇ ਫੁੱਲੇ ਪਾ ਕੇ ਸਾਰਿਆਂ ਜਾਣਿਆਂ ਨੇ ਕਰਤਾ ਕੰਮ ਖਤਮ। ਅਤੇ ਇੱਥੇ ਆ ਗਏ ਸੀ ਆਪਣੇ ਲੋਹੜੀ ਲੈਣ ਵਾਲੇ। ਇਹ ਵੈਸੇ ਥੋੜ੍ਹਾ ਜਿਹਾ ਲੇਟ ਹੀ ਆ, ਇਹ ਹਰ ਸਾਲ ਹੀ ਲੇਟ ਹੀ ਆਉਂਦੇ ਆ, ਇਹਨਾਂ ਦਾ ਟਾਈਮ ਹੀ ਇਹ ਆ। ਇਹ ਇਹ ਪੱਕੇ 8 ਵਜੇ ਹੀ ਆਉਂਦੇ, ਮੈਂ ਪਿਛਲੇ ਸਾਲ ਸਨੈਪਚੈਟ 'ਤੇ ਵੇਖਦੀ ਪਈ ਸੀ। ਇਹ ਆਉਂਦੇ ਵੀ ਪੱਕੇ, ਇਹ ਤਿੰਨੇ ਤਿੰਨੇ ਹੀ ਆਉਂਦੇ ਆ, ਅਤੇ ਆਉਂਦੇ ਪਰ ਇਹ ਲੇਟ ਹੀ ਲਾਸਟ 'ਤੇ ਮਿਲਾਉਂਦੇ, ਇਹਨਾਂ ਨੇ ਆਪਣੇ ਘਰ ਰੱਖਿਆ ਨੱਚ ਗਿਆ। ਨੱਚ ਨੱਚ ਜੋੜੀ ਨੀ ਵੰਡਾ ਲੋੜੀ,
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਵੈਲਕਮ ਤੁਹਾਡਾ ਸਾਡੇ ਯੂਟਿਊਬ ਚੈਨਲ ਨਵਦਿਲ ਵਲੌਗ 'ਤੇ। ਹਾਂਜੀ ਪੁੱਤ, ਹਾਂਜੀ ਪੁੱਤ ਮਾਣ ਕੀ, ਅੱਜ 14 ਜਨਵਰੀ ਸਾਡੇ ਲਈ ਬਹੁਤ ਸਪੈਸ਼ਲ ਦਿਨ ਆ। ਡੈਡੀ ਜੀ ਅਤੇ ਚਾਚਾ ਜੀ ਦੋਵਾਂ ਦਾ ਬਰਥਡੇ ਆ ਅਤੇ ਹੁਣ ਉਹ ਗਏ ਹੋਏ, ਮਤਲਬ ਆਪਣੇ ਬਾਹਰ ਬੰਦੇ ਲਾਏ ਹੋਏ ਖਾਦ ਪਾਉਂਦੇ ਪਏ, ਫਿਰ ਜਦੋਂ ਉਹ ਆਏ ਤਾਂ ਫਿਰ ਆਪਾਂ ਬਰਥਡੇ ਸੈਲੀਬ੍ਰੇਟ ਕਰਾਂਗੇ। ਅਤੇ ਹੁਣ ਇਹ ਮਾਘ ਦੀ ਸੰਗਰਾਂਦ ਦਾ ਦਿਹਾੜਾ ਸੀ ਅੱਜ, ਅਤੇ ਫਿਰ ਇੱਕ ਤਾਂ ਮਾਘੀ ਵਾਲਾ ਦਿਨ ਸੀ ਅਤੇ ਇੱਕ ਸੰਗਰਾਂਦ ਸੀ ਅੱਜ, ਅਤੇ ਸਾਡਾ ਪਲੈਨ ਬਣ ਗਿਆ ਫਿਰ ਬਾਬਾ ਬੁੱਢਾ ਸਾਹਿਬ ਜੀ ਜਾਣ ਦਾ। ਅਤੇ ਹੁਣ ਅਸੀਂ ਤੁਰ ਪਏ ਸੀ ਘਰੋਂ, ਅਤੇ ਮੈਂ, ਮੰਮੀ, ਸਵਰੀਨ, ਅਰਮਾਨ ਅਸੀਂ ਸਾਰੇ ਜਣੇ ਗਏ ਬਾਬਾ ਬੁੱਢਾ ਸਾਹਿਬ ਦਰਸ਼ਨ ਕਰਨ। ਅਤੇ ਆਹ ਹੋ ਗਈ ਆਪਣੀ ਐਂਟਰੀ, ਕਾਫੀ ਲੇਟ ਹੀ ਸੀ ਅਸੀਂ, 12:30 1 ਵਜੇ ਪਹੁੰਚੇ ਸੀ, ਹੈ ਨਾ, ਆਪਾਂ ਘਰੋਂ ਆਪਾਂ 12 ਵਜੇ ਤੁਰੇ ਹਾਂ, 1 ਵਜੇ ਅਸੀਂ ਪਹੁੰਚ ਗਏ ਸੀ ਬਾਬਾ ਬੁੱਢਾ। ਗੱਡੀਆਂ ਕਿੱਥੋਂ ਤੱਕ ਲੱਗੀਆਂ ਹੀ ਆ, ਘਰਾਂ ਰਹਿਣ ਨੂੰ ਮਿਲਦਾ ਕਿੱਡਾ ਵਧੀਆ, ਮਤਲਬ ਜਦੋਂ ਜੀ ਕਰਦਾ ਉਦੋਂ ਬਾਬਾ ਬੁੱਢਾ ਸਾਹਿਬ ਜੀ ਦਰਸ਼ਨ ਕਰ ਆਉਂਦੇ ਹੋਣੇ, ਡੇਲੀ ਜਾਂਦੇ ਹੋਣੇ। ਮੈਂ ਕਿਹਾ ਤੈਨੂੰ ਪਤਾ ਅੱਗੇ ਹਫ਼ਤੇ ਦੇ ਹਫ਼ਤੇ ਅਸੀਂ ਆਉਂਦੇ ਨੇ ਵੇਲਾ ਪੱਕਾ ਹੀ। ਪਾਰਕਿੰਗ 'ਚ ਜਗ੍ਹਾ ਮਿਲ ਜਾਏਗੀ ਕਿਤੇ, ਵੇਖਣੇ ਪੈਣਾ ਇਹ। ਪਾਰਕਿੰਗ ਤਾਂ ਵੈਸੇ ਵਾਧੂ ਖੁੱਲੀ ਹੈ। ਇੱਥੇ ਲਾ ਗਿਆ, ਅੱਗੇ ਵੀ ਥਾਂ ਉਨੀ ਛੱਡੀ ਸਾਰਿਆਂ ਨੇ। ਸਵੀਨ ਬ੍ਰਸ਼ ਵੀ ਨਾਲ ਹੀ ਚੱਕੀ ਫਿਰਦੀ ਹੈ ਹੁਣ, ਇੱਧਰ ਪਹਿਲਾਂ ਆਉਂਦੇ ਆ, ਇੱਧਰ ਜ਼ਿਆਦਾ ਟ੍ਰੈਫਿਕ ਸੀ ਜਦੋਂ ਆਪਾਂ ਆਏ ਆ, ਹੁਣ ਜਾਂਦੇ ਆ, ਹੁਣ ਜਾਂਦੇ ਆ, ਕਿਉਂਕਿ ਸੰਗਤ ਜਾਣ ਦਾ ਟਾਈਮ ਹੋ ਗਿਆ ਨਾ ਸਭ ਦਾ। ਤੂੰ ਜਿੱਥੇ ਚੱਲਦਾ ਤੇਰਾ ਬ੍ਰਸ਼ ਕਰਨ ਦਾ ਟਾਈਮ ਹੋ ਜਾਂਦਾ। ਸਵੀਨ ਕੀ ਕਰਦਾ ਪਿਆ ਏ, ਨਵੀਆਂ ਨਵੀਆਂ ਚੀਜ਼ਾਂ ਸਿੱਖਦੀ ਵੇਖਦੀ ਆ। ਤੁਰ ਪਿਆ ਹੀ ਰਹੀ, ਉੱਠ ਵੇ ਚਾਚਾ ਦਾ, ਕੀ ਆਣਾ ਹਾਂਜੀ। ਤੇ ਅੱਜ ਹੈਗਾ ਡੈਡੀ ਤੇ ਚਾਚਾ ਜੀ ਦਾ ਬਰਥਡੇ, ਤੇ ਹੁਣ ਉਹਨਾਂ ਵਾਸਤੇ ਕੇਕ ਪਲੈਨ ਕੀਤਾ ਸੀ ਅਸੀਂ, ਤੇ ਮੈਂ ਹੁਣ ਉਹ ਕੇਕ ਲੈਣ ਚੱਲਿਆ, ਤੇ ਸਾਰੇ ਰੈਡੀ ਆ, ਡੈਡੀ ਚਾਚਾ ਨੀ ਵੀ ਆ ਗਏ ਹੁਣ, ਤੇ ਆਪਣਾ ਕੇਕ ਵੀ ਰੈਡੀ ਹੁੰਦਾ, ਫੋਨ ਆ ਗਿਆ ਸੀ ਤੇ ਵੀ ਕੇਕ ਲੈ ਜਾਓ ਆਪਦਾ, ਤੇ ਹੁਣ ਆਪਾਂ ਕੇਕ ਲੈ ਕੇ ਆਈਏ। ਭਗਵਾਨ ਨੇ ਆਪਣਾ ਗਿਆਨ ਦੇਣੇ ਕਾ ਨਿਸ਼ਚੈ ਕੀਆ, ਤੋ ਚਲੀ ਅਸੀਂ ਬਾਬਾ ਬੁੱਢਾ ਸਾਹਿਬ ਗਏ ਚਲੇ, ਨਹੀਂ ਤਾਂ
ਕੇਕ ਤਾਂ ਤੇਰੇ ਤੋਂ ਮੈਂ ਉਨੇ ਟਾਈਮ ਤੇ ਲੈ ਜਾਣਾ ਸੀ। ਮੈਂ ਫੋਨ ਵੀ ਲਾਇਆ ਤੈਨੂੰ, ਮੈਨੂੰ ਨੀ ਦੱਸਿਆ ਸੀ ਕਿ ਯਾਰ ਉਹ ਨਹੀਂ ਨਹੀਂ ਅਸਲ ਦੇ ਵਿੱਚ ਨਾ ਮੈਂ ਵੀ ਉਧਰ ਗਿਆ ਹੈ ਨਾ ਜਾਂ ਪਿੰਡਾਂ ਚ ਬਣ ਗਿਆ। ਕੇਕ ਬਣਾ ਲਿਆ ਤੈਨੂੰ ਫੋਟੋ ਵਾਲਾ ਕੇਕ ਤੇ ਕੇਕ ਇੱਥੇ ਆ ਗਿਆ ਸੀ ਆਪਣਾ ਬਣ ਕੇ, ਤੇ ਫੈਮਲੀ ਵੀ ਆਪਣੀ ਸਾਰੀ ਪਹੁੰਚ ਗਈ ਸੀ, ਹੁਣ ਡੈਡੀ ਚਾਚਾ ਜੀ ਵੀ ਆ ਗਏ ਸੀ ਬਾਹਰੋਂ, ਤੇ ਹੁਣ ਕੇਕ ਕੱਟਣ ਦੀ ਤਿਆਰੀ ਆ। ਇੱਥੇ ਸਬਰੀਨ ਆਪਦਾ ਭੰਗੜੇ ਪਾਉਂਦੀ ਹੋਈ ਚੱਲ। ਸੰਗ ਚ ਮਾਰਤਾ ਸੀ ਅੱਧਾ ਚਮਚਾ, ਜਵਾਕਾਂ ਦਾ ਕੀ ਭਰੋਸਾ ਹੁੰਦਾ। ਕੋਈ ਗੱਲ ਨਹੀਂ। ਹਾਂਜੀ, ਤੇ ਹੁਣ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ। ਸਵੇਰੇ ਜਾਇਆ ਨਹੀਂ ਗਿਆ ਸੀ, ਲੇਟ ਹੋ ਗਏ ਸੀ, ਉੱਠੇ ਸੀ ਅਤੇ ਕੰਮ ਕੁੰਮ ਕਰ ਤਾਂ ਕਰਕੇ ਆਪਣੇ ਤੋਂ ਸਵੇਰੇ ਫਿਰ ਗੁਰਦੁਆਰਾ ਸਾਹਿਬ ਜਾਇਆ ਨਹੀਂ ਗਿਆ ਸੀ, ਅਤੇ ਹੁਣ ਆਪਾਂ ਇਸ ਟਾਈਮ ਫਿਰ ਸ਼ਾਮ ਨੂੰ ਸੋਚਿਆ ਕਿ ਚਲ ਚਲੋ ਸ਼ਾਮ ਨੂੰ ਦਰਸ਼ਨ ਕਰ ਆਵਾਂਗੇ। ਹਾਂਜੀ, ਅਤੇ ਇਹ ਸੀ ਆਪਣਾ ਅੱਜ ਵਾਲਾ ਵਲੋਗ। ਹੋਪ ਸੋ ਤੁਹਾਨੂੰ ਸਾਰਿਆਂ ਨੂੰ ਆਪਣਾ ਵਲੋਗ ਬਹੁਤ ਪਸੰਦ ਆਵੇਗਾ, ਅਤੇ ਜਿਨ੍ਹਾਂ ਨੇ ਅਜੇ ਤੱਕ ਡੈਡੀ ਅਤੇ ਚਾਚਾ ਜੀ ਨੂੰ ਵਿਸ਼ ਨਹੀਂ ਕੀਤੀ ਤੇ ਸਾਰੇ ਜਾਣੇ ਪਹਿਲਾਂ ਤਾਂ ਹੈਪੀ ਬਰਥਡੇ ਵਿਸ਼ ਕਰ ਦਿਓ ਛੇਤੀ ਛੇਤੀ, ਅਤੇ ਜਿਹੜੇ ਆਪਣੇ ਚੈਨਲ 'ਤੇ ਨਿਊ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਆਪਣੇ ਪਿਛਲੇ ਵਲੋਗ ਜ਼ਰੂਰ ਵੇਖਿਆ ਹੈ, ਅਤੇ ਹਾਂ ਇੱਕ ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਿਆ ਕਰੋ, ਇਹਦੇ ਨਾਲ ਸਾਨੂੰ ਫਿਰ ਮੋਟੀਵੇਸ਼ਨ ਮਿਲਦੀ ਆ, ਹੈ ਨਾ। ਅਤੇ ਹੁਣ ਮਿਲਦੇ ਹਾਂ ਤੁਹਾਨੂੰ ਆਪਾਂ ਨੈਕਸਟ ਵਲੋਗ 'ਚ।